ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਇੱਕ ਪਾਸੇ ਤਾਂ ਜਿੱਥੇ ਦੇਸ਼ ਦੀ ਮੋਦੀ ਸਰਕਾਰ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਅਭਿਆਨ ਚਲਾ ਰਹੀ ਹੈ, ਉੱਥੇ ਹੀ ਲੱਗਦਾ ਹੈ ਕਿ ਸ਼ਾਇਦ ਫਗਵਾੜਾ ਵਿਖੇ ਇਹ ਸਵੱਛ ਭਾਰਤ ਅਭਿਆਨ ਦਾ ਸੁਨੇਹਾ ਅਜੇ ਤੱਕ ਨਹੀਂ ਪਹੁੰਚਿਆ ਤੇ ਨਗਰ ਨਿਗਮ ਫਗਵਾੜਾ ਵੀ ਥਾਂ ਥਾਂ ਦੇ ਪਏ ਕੂੜੇ ਦੇ ਢੇਰਾਂ ਨੂੰ ਚੁੱਕਣ ਦੀ ਬਜਾਏ ਸ਼ਾਇਦ ਲੋਕਾਂ ਨੂੰ ਬਿਮਾਰੀਆਂ ਦੇਣ ਲਈ ਸਭ ਤੋਂ ਅਗਲੀ ਕਤਾਰ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਸ਼ਹਿਰ ਵਿੱਚ ਲਗਾਏ ਗਏ ਸਮਾਰਟ ਵਿਨ ਵੀ ਫੇਲ ਸਾਬਤ ਹੋ ਰਹੇ ਨੇ। ਇਸ ਬਾਬਤ ਜਦੋਂ ਨਵਰੰਗ ਚੈਨਲ ਦੀ ਟੀਮ ਨੇ ਚਾਚੋਕੀ ਡੰਪ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਡੰਪ ਪੂਰੀ ਤਰ੍ਹਾਂ ਨਾਲ ਖਾਲੀ ਪਏ ਹੋਏ ਸਨ ਤੇ ਉਹਨਾਂ ਦੇ ਢੱਕਣ ਸਾਈਡ ਤੇ ਸੁੱਟੇ ਹੋਏ ਸਨ, ਜਦਕਿ ਕੂੜਾ ਇਹਨਾਂ ਡੰਪਾਂ ਦੇ ਅੰਦਰ ਸੁੱਟੇ ਜਾਣ ਦੀ ਬਜਾਏ ਸੜਕਾਂ ਦੇ ਖਿਲਰਿਆ ਪਿਆ ਆਉਣ ਜਾਣ ਵਾਲੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੰਡ ਰਿਹਾ ਸੀ, ਜਦਕਿ ਲੋਕ ਇਸ ਬਦਬੂ ਤੋਂ ਬਚਣ ਲਈ ਆਪਣਾ ਮੂੰਹ ਢੱਕ ਕੇ ਕੋਲੋਂ ਦੀ ਲੰਘ ਰਹੇ ਸਨ। ਜੇਕਰ ਗੱਲ ਕਰੀਏ ਇਸ ਡੰਪ ਦੀ ਤਾਂ ਇਹ ਡੰਪ ਬਿਲਕੁਲ ਹੀ ਬੜਾ ਹਸਪਤਾਲ ਦੇ ਨਜ਼ਦੀਕ ਹੈ, ਜਿੱਥੇ ਕਿ ਰੋਜ਼ਾਨਾ ਹੀ ਬਹੁਤ ਸਾਰੇ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਨੇ। ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹਸਪਤਾਲ ਵਿੱਚ ਮਰੀਜ਼ ਠੀਕ ਹੋਣ ਲਈ ਆਉਂਦੇ ਹਨ, ਪਰੰਤੂ ਇਸ ਡੰਪ ਦੇ ਖਿਲਰਿਆ ਹੋਇਆ ਕੂੜਾ ਉਹਨਾਂ ਨੂੰ ਹੋਰ ਬਿਮਾਰੀਆਂ ਦੇ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਦੇ ਹਸਪਤਾਲ ਵਿੱਚ ਨਵਜਾਤ ਬੱਚੇ ਵੀ ਪੈਦਾ ਹੁੰਦੇ ਹਨ, ਪਰੰਤੂ ਇਸ ਕੂੜੇ ਕਾਰਨ ਆ ਰਹੇ ਬਦਬੂ ਕਾਰਨ ਉਹ ਬੱਚੇ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਨੇ। ਉਹਨਾਂ ਕਿਹਾ ਕਿ ਇਸ ਬਾਬਤ ਤੋਂ ਬਹੁਤ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਦੱਸ ਚੁੱਕੇ ਹਨ, ਪਰੰਤੂ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ। ਅਸੀਂ ਮਿਊਂਸੀਪਲ ਕਮੇਟੀ ਵਾਲੇ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ, ਵਾਰ ਵਾਰ ਉਹਨਾਂ ਦੇ ਇੰਸਪੈਕਟਰ ਇੱਥੋਂ ਤਬਦੀਲ ਹੋ ਕੇ ਸੁਲਤਾਨਪੁਰ ਲੋਧੀ ਚਲੇ ਗਏ, ਨਵੇਂ ਇੰਸਪੈਕਟਰ ਇਸ ਗੱਲ 'ਤੇ ਗੌਰ ਨਹੀਂ ਕਰਦੇ। ਅਸੀਂ ਕਈ ਵਾਰੀ ਉਹਨਾਂ ਨੂੰ ਕਿਹਾ ਵੀ ਸਾਡੇ ਇੱਥੇ ਬਿਮਾਰੀਆਂ ਫੈਲਣ ਦਾ ਡਰ ਆ, ਇੰਨਾ ਜ਼ਿਆਦਾ ਕੂੜਾ ਪਿਆ ਇੱਥੇ, ਜਦੋਂ ਹਵਾ ਆਉਂਦੀ ਆ ਤਾਂ ਸਾਰੀ ਡਸਟ ਹਦੀਆ ਇੱਥੇ ਬਾਹਲਾ ਹਸਪਤਾਲ ਵਾਲੇ ਪਾਸੇ ਆਉਂਦੀ ਆ, ਇਹਦੇ ਨਾਲ ਮਰੀਜ਼ਾਂ ਨੂੰ ਤਕਲੀਫ ਹੁੰਦੀ ਆ, ਜਿਹੜੇ ਮਰੀਜ਼ ਥੋੜ੍ਹਾ ਬਹੁਤ ਠੀਕ ਹੁੰਦੇ ਆ ਉਹਨਾਂ ਨੂੰ ਫਿਰ ਬਿਮਾਰੀ ਹੋਣੀ ਸ਼ੁਰੂ ਹੋ ਜਾਂਦੀ ਆ। ਮਰੀਜ਼ ਤਾਂ ਆਪਣੇ ਆਪ ਨੂੰ ਠੀਕ ਹੋਣਾ ਚਾਹੁੰਦੇ ਆ, ਉਹ ਕੂੜੇ ਨੂੰ ਨਹੀਂ ਨਾ ਦੇਖਦੇ ਵੀ ਸਾਡੇ ਮੁੱਢ ਕੂੜਾ ਪਿਆ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਇੱਥੋਂ ਜਿਹੜਾ ਡਸਟ ਸਮਾਰਟ ਬਿਨ ਆ ਇਹਨੂੰ ਟ੍ਰਾਂਸਫਰ ਕਰਾਇਆ ਜਾਵੇ, ਸਾਰੇ ਅਰਬਨ ਸਟੇਟ ਦਾ ਕੂੜਾ ਇੱਥੇ ਆਉਂਦਾ ਆ, ਔਰ ਜਿਹੜੇ ਸਵੀਪਰ ਭਰਾ ਆ ਉਹ ਗੌਰ ਨਹੀਂ ਕਰਦੇ, ਉਹ ਇੱਥੇ ਹੀ ਸਿੱਟ ਕੇ ਰਾਤ ਹਨੇਰੇ ਦੇ ਵਿੱਚ ਜਾਂ ਸਵੇਰੇ ਪਿੰਡਾਂ ਵਾਲੇ ਵੀ ਇੱਥੇ ਸਿੱਟ ਕੇ ਚਲੇ ਜਾਂਦੇ ਆ। ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਹੱਥ ਬੰਨ ਕੇ ਕਿ ਇੱਥੋਂ ਸਫਾਈ ਕਰਾਈ ਜਾਵੇ। ਪੁਰਾਣੇ ਵੇਲੇ ਦੀ ਕਹਾਵਤ ਹੈ ਜੀ, ਗੰਦ ਤੇ ਗੰਦ ਹੀ ਡਿੱਗਦਾ ਹੁੰਦਾ। ਪਿੰਡ ਵਾਲੇ ਜਦੋਂ ਆਉਂਦੇ ਆ ਲਿਫਾਫਾ ਲੈ ਕੇ ਸਕੂਟਰ 'ਤੇ, ਉਹ ਚੁੱਪ ਕਰਕੇ ਸਿੱਟ ਕੇ ਤੁਰਦੇ ਬੰਦੇ ਆ, ਦੋ ਹੋਏ ਚਾਰ ਹੋਏ 20 ਹੋਏ ਉੱਥੇ ਢੇਰ ਲੱਗ ਜਾਂਦਾ ਆ। ਇਹਨਾਂ ਕੋਲ ਪ੍ਰਸ਼ਾਸਨ ਕੋਲ ਇੰਨੀਆਂ ਸਾਰੀਆਂ JCB ਹੈ ਨਹੀਂ ਹੁਣ, ਪਹਿਲਾਂ ਤਾਂ ਕਿਸੇ ਵੇਲੇ ਸਵੀਪਰ ਭਰਾ ਹੱਥ ਨਾਲ ਭਰ ਦਿੰਦੇ ਸੀ ਟਰਾਲੀ, ਹੁਣ ਤਾਂ JCB ਨਾਲ ਭਰ ਹੁੰਦੀ ਆ, JCB ਦੀ ਕਮੀ ਕਰਕੇ ਟਰਾਲੀ ਨਹੀਂ ਆਉਂਦੀ ਇੱਥੇ, ਟਰਾਲੀ ਨਹੀਂ ਆਉਂਦੀ ਤਾਂ ਕੂੜੇ ਦੇ ਪਹਾੜ ਲੱਗ ਜਾਂਦੇ ਆ, ਸਾਰਾ ਕੂੜਾ ਉੜ ਕੇ ਬਾਹਰ ਹਸਪਤਾਲ ਦੇ ਵਿੱਚ ਆਉਂਦਾ ਜੀ। ਬਸ ਅਸਲੀ ਗੱਲ ਇਹੀ ਹੈ ਜੀ, ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿੰਨਾ ਏਰੀਆ ਵਧੀ ਜਾਂਦਾ ਉਹਨਾਂ ਦਾ, ਉਨੀ ਮਸ਼ੀਨਰੀ ਵੀ ਵਧਾਉਣ ਤਾਂ ਕਿ ਸ਼ਹਿਰ ਦੀ ਸਾਫ਼ ਸਫਾਈ ਹੋ ਸਕੇ। ਤੁਸੀਂ ਇਸ ਸੰਬੰਧੀ ਕਦੇ ਆਪਣੇ MC ਸਾਹਿਬ ਨੂੰ ਕਦੇ ਇੱਥੇ ਜਿਹੜੇ ਆ ਉਹਨਾਂ ਨੂੰ ਲੈ ਕੇ ਹੋ ਚੁੱਕੀ ਹੈ ਜੀ ਗੱਲ? MC ਸਾਹਿਬ ਤਾਂ ਬਿਲਕੁਲ ਬੜਾ ਹਸਪਤਾਲ ਦੇ ਨਾਲ ਹੀ ਰਹਿੰਦੇ ਆ, ਨਹੀਂ ਉਹਨਾਂ ਦੇ ਬੱਸ ਦੀ ਗੱਲ ਹੋਊਗੀ ਤਾਂ ਹੀ, ਉਹਨਾਂ ਦੇ ਬੱਸ ਦੀ ਗੱਲ ਨਹੀਂ ਹੋਊਗੀ ਤਾਂ ਹੀ ਇਹ ਚੀਜ਼ ਹੁੰਦੀ ਹੈ, ਅਦਰਵਾਈਜ਼ ਤਾਂ MC ਸਾਹਿਬ ਨੂੰ ਤਾਂ ਪਤਾ ਹੀ ਆ ਵੀ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜੇਕਰ ਗੱਲ ਕਰੀਏ ਇੰਡਸਟਰੀਅਲ ਏਰੀਆ ਵਾਲੇ ਡੰਪ ਦੀ ਤਾਂ ਉਸ ਦੀ ਹਾਲਤ ਵੀ ਕਾਫੀ ਤਰਸਯੋਗ ਬਣੀ ਹੋਈ ਹੈ ਤੇ ਉਸ ਡੰਪ ਤੇ ਵੀ ਕੂੜਾ ਆਮ ਹੀ ਸੜਕਾਂ ਦੇ ਖਿਲਰਿਆ ਪਿਆ ਹੋਇਆ ਹੈ, ਜਦਕਿ ਕੁਝ ਲੋਕ ਤਾਂ ਆਪਣੇ ਘਰੋਂ ਕੂੜਾ ਕਰਕਟ ਇਕੱਠਾ ਕਰਕੇ ਇਸ ਡੰਪ ਤੇ ਸੁੱਟਦੇ ਵੀ ਦੇਖੇ ਗਏ। ਇਸ ਦੇ ਨਾਲ ਹੀ ਹੁਸ਼ਿਆਰਪੁਰ ਰੋਡ ਵਾਲਾ ਡੰਪ ਵੀ ਆਪਣੀ ਤਰਸਯੋਗ ਹਾਲਤ ਖੁਦ ਹੀ ਬਿਆਨ ਕਰ ਰਿਹਾ ਹੈ। ਇਸ ਡੰਪ ਤੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਕੂੜੇ ਵਿੱਚੋਂ ਅਵਾਰਾ ਪਸ਼ੂ ਵੀ ਆਪਣਾ ਖਾਣਾ ਲੱਭ ਰਹੇ ਸਨ। ਇਸ ਸਾਰੇ ਮਾਮਲੇ ਸੰਬੰਧੀ ਜਦੋਂ ਨਿਗਮ ਦੇ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੁਲਤਾਨਪੁਰ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਨਾਏ ਜਾ ਰਹੇ ਸਮਾਗਮ ਨੂੰ ਲੈ ਕੇ ਸਾਰਾ ਪ੍ਰਸ਼ਾਸਨ ਤੇ ਕਰਮਚਾਰੀ ਵਿਅਸਤ ਸਨ, ਜਿਸ ਕਾਰਨ ਉਕਤ ਸਮੱਸਿਆ ਆਈ ਹੈ। ਉਹਨਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਠੀਕ
ਠੀਕ ਹੈ ਵੀ ਪਿਛਲੇ ਜਿਹੜੇ 15 ਵਾਲਾ ਸੀ ਉਹਦੇ 'ਚ ਥੋੜ੍ਹੀ ਜਿਹੀ ਢਿੱਲ ਜਿਹੜੀ ਸਫਾਈ ਚ ਰਹੀ ਹੈ, ਲੇਕਿਨ ਉਹਦਾ ਕਾਰਨ ਇਹ ਸੀ ਕਿ ਬਹੁਤ ਸਾਰੇ ਮੁਲਾਜ਼ਮ ਜਿਹੜੇ ਸੀ ਉਹ ਗੁਰੂ ਮਹਾਰਾਜ ਦਾ 550 ਸਾਲਾਂ ਹੋਣ ਕਰਕੇ ਲੋਕਲ ਗਵਰਨਮੈਂਟ ਨੇ ਕਾਫੀ ਡਿਊਟੀਆਂ ਜਿਹੜੀਆਂ ਸੀ ਉਹ ਸੁਲਤਾਨਪੁਰ ਲਾਈਆਂ ਸੀ। ਕੱਲ੍ਹ ਤੋਂ ਬਾਅਦ ਸਾਰੀਆਂ ਟੀਮਾਂ ਆ ਗਈਆਂ ਨੇ ਔਰ ਅਸੀਂ ਪੂਰੇ ਸ਼ਹਿਰ ਦੇ ਵਿੱਚ ਸਾਰਾ ਮੁਆਇਨਾ ਕਰ ਰਿਹਾ। ਮੈਂ ਦੇਖਿਆ ਕਿ ਇਸ ਚੀਜ਼ ਨੂੰ ਆਧਾਰ ਘਟਾ ਕੇ ਪੇਸ਼ ਕੀਤਾ ਜਾ ਰਿਹਾ। ਕੱਲ੍ਹ ਇੱਕ ਅਖਬਾਰ ਮੈਂ ਦੇਖਿਆ ਉਹ ਮਹੀਨਾ ਪੁਰਾਣੀ ਜਿਹੜੀ ਖਬਰ ਸੀ ਉਹ ਲਾਸਟ ਕੁੜੀ ਦੀ ਉਹ ਫੋਟੋ ਲਗਾਈ ਸੀ। ਸੋ ਇਸ ਤਰ੍ਹਾਂ ਦੀ ਕੋਈ ਲੈਣ ਦੇ 2-3 ਦਿਨਾਂ ਦੇ ਵਿੱਚ ਜਿਹੜਾ ਕੋਈ ਹੈਗਾ ਬੈਕਲੋਗ ਉਹ ਸਾਰਾ ਕਲੀਅਰ ਹੋ ਜਾਏਗਾ, ਸਾਫ਼ ਹੋ ਜਾਏਗਾ। ਇੱਥੋਂ ਤੱਕ ਕਿ ਗਊਸ਼ਾਲਾ ਦਾ ਹੈਗਾ, ਗਊਸ਼ਾਲਾ ਵਿੱਚ ਜਿਹੜੀ ਇੰਜਨੀਅਰਿੰਗ ਸੜਕੋਂ ਤਾਰ ਮਸ਼ੀਨ ਲੇਕੇ ਜਾ ਰਹੀਆਂ ਨੇ, ਉਹ ਅਸੀਂ ਗਊਸ਼ਾਲਾ 'ਚ ਭੇਜ ਰਹੇ ਹਾਂ ਗਊਆਂ ਜਿਹਨੇ ਸੜਕ 'ਤੇ ਆ ਜਾਂਦੀਆਂ। ਬਾਕੀ ਅਸੀਂ ਐਨੂਅਲ ਹਸਬੈਂਡਰੀ ਦਾ ਜਿਹੜਾ ਮਹਿਕਮਾ ਹੈਗਾ ਉਹਨਾਂ ਨੂੰ ਲਿਖਿਆ ਹੈਗਾ ਕਿ ਜਿਹੜੀਆਂ ਸੜਕ ਦੇ ਉੱਤੇ ਜਿਹੜੀਆਂ ਹੋਰ ਗਾਵਾਂ ਤੋਂ ਬਿਨਾਂ ਵੀ ਜਨਵਰ ਜਿਹੜੇ ਘੁੰਮ ਰਹੇ ਨੇ, ਕਿਉਂਕਿ ਉਹ ਐਕਸੀਡੈਂਟ ਦਾ ਕਾਰਨ ਬਣਦੇ ਨੇ, ਉਹਨਾਂ ਨੂੰ ਫੜ ਕੇ ਜੋ ਵੀ ਸਰਕਾਰ ਦੀ ਪੋਲਿਸੀ ਹੈ ਉਹਦੇ ਅਧੀਨ ਉਹਨਾਂ ਨੂੰ ਰੱਖਿਆ ਜਾਵੇ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਉਹ ਨੌਕਰੀ ਨਹੀਂ ਆਏਗੀ। ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।